ਹੋ ਸਕਦਾ ਹੈ ਕਿ ਵੈਂਕੂਵਰ ਵਾਸੀਆਂ ਦੇ ਉੱਤੇ ਜਿਹੜਾ ਉਹ ਟੈਕਸ ਹੋਰ ਵੱਧ ਸਕਦਾ ਹੈ ਕਿਉਂਕਿ ਇਸ ਵੇਲੇ ਕਈ ਮੁੱਦੇ ਰੁਕੇ ਹੋਏ ਨੇ ਜਿਸ ਦੇ ਲਈ ਖਾਸ ਕਰਕੇ ਡਰਾ ਜਿਹੜੇ ਕੱਢੇ ਜਾਣ ਦੀ ਗੱਲ ਕਹੀ ਜਾ ਰਹੀ ਹੈ ਪੁਲਿਸ ਦਾ ਜਿਹੜਾ ਖਰਚਾ ਹੈ ਉਹ ਵੀ ਇੱਥੇ ਕਾਫੀ ਜ਼ਿਆਦਾ ਅਹਿਮੀਅਤ ਰੱਖ ਰਿਹਾ ਹੈ ਜਿਸ ਸੰਬੰਧੀ ਲਗਾਤਾਰ ਗੱਲਬਾਤ ਕੀਤੀ ਜਾ ਰਹੀ ਸੀ ਵਿਸਾਰਦੇ ਨਾਲ ਦੇਖਦੇ ਹਾਂ ਤੇ ਸਮਝਦੇ ਹਾਂ ਆਖਿਰਕਾਰ ਮੁੱਦਾ ਹੈ ਕੀ ਹੈ ਕਿ ਵੈਂਕੂਵਰ ਨਿਵਾਸੀਆਂ ਲਈ ਇੱਕ ਹੋਰ ਪ੍ਰਾਪਰਟੀ ਟੈਕਸ ਦੇ ਵਿੱਚ ਵਾਅਦਾ ਹੋ ਸਕਦਾ ਹੈ। ਇਹ ਇੱਕ ਸਵਾਲ ਹੈ ਜੋ 시ਟੀ ਕੌਂਸਲ ਦੇ ਸਾਹਮਣੇ ਰੱਖਿਆ ਜਾਣਾ ਚਾਹੀਦਾ ਹੈ ਕਿਉਂਕਿ ਇਹ ਵੈਂਕੂਵਰ ਪੁਲਿਸ ਵਿਭਾਗ ਦੇ ਬਜਟ ਨੂੰ ਬਹਾਲ ਕਰਨ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਵਿਕਲਪਾਂ ਦੀ ਖੋਜ ਕਰਦਾ ਹੈ। VPD ਨੇ 2021 ਦੇ ਬਜਟ ਵਿੱਚ ਪੁਲਿਸ ਫੰਡਾਂ ਵਿੱਚ ਵਾਧਾ ਨਾ ਕਰਨ ਤੇ ਕੌਂਸਲ ਦੁਆਰਾ 2020 ਦੇ ਫੈਸਲੇ ਉੱਤੇ ਆਪਣੀ ਅਪੀਲ ਜਿੱਤ ਲਈ ਹੈ। ਸੂਬੇ ਦੇ ਪੁਲਿਸ ਸੇਵਾ ਦੇ ਡਾਇਰੈਕਟਰ ਨੇ ਮਾਰਚ ਵਿੱਚ ਪੁਲਿਸ ਦਾ ਸਾਥ ਦਿੱਤਾ ਤੇ ਸ਼ਹਿਰ ਨੂੰ ਇੱਕ ਪਿਛਲਾ ਬਜਟ ਵਾਅਦੇ ਲਈ 5.7 ਬਿਲੀਅਨ ਦਾ ਭੁਗਤਾਨ ਕਰਨ ਦਾ ਹੁਕਮ ਵਾਰ ਯਾਨੀ ਅੱਜ ਕੌਂਸਲ ਸਾਹਮਣੇ ਜਾਣ ਵਾਲੀ ਇੱਕ ਰਿਪੋਰਟ ਵਿੱਚ ਘਾਟੇ ਵਿੱਚ ਜਾਣ ਤੋਂ ਬਿਨਾ ਇਸ ਨੂੰ ਕਿਵੇਂ ਪੂਰਾ ਕਰਨਾ ਹੈ ਬਾਰੇ ਕੁਝ ਸੁਝਾਅ ਜਿਹੜੇ ਨੇ ਉਹਨਾਂ ਦੀ ਰੂਪਰੇਖਾ ਦਿੱਤੀ ਗਈ ਹੈ ਕਿਉਂਕਿ ਆਖਰੀ 2022 ਪ੍ਰਾਪਰਟੀ ਟੈਕਸ ਦੀਆਂ ਦਰਾਂ ਨੂੰ ਅਜੇ ਤੱਕ ਅੰਤਮ ਰੂਪ ਨਹੀਂ ਦਿੱਤਾ ਗਿਆ ਹੈ ਕੌਂਸਲ ਦੇ ਸਾਹਮਣੇ ਜਾਣ ਵਾਲੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੌਂਸਲ ਦੇ ਕੋਲ 2022 ਦੇ ਸੰਚਾਲਨ ਬਜਟ ਵਿੱਚ ਸੋਧ ਕਰਨ ਤੇ ਪ੍ਰਾਪਰਟੀ ਟੈਕਸ ਲੇਵੀ ਨੂੰ ਵਧਾ ਕੇ ਖਰਚੇ ਨੂੰ ਫੰਡ ਕਰਨ ਦਾ ਵਿਕਲਪ ਵੀ ਹੈ ਜਿਵੇਂ ਕਿ ਜਨਤਕ ਸੁਰੱਖਿਆ ਦੇ ਖਰਚੇ ਲਗਭਗ ਵਿਸ਼ੇਸ਼ ਤੌਰ ਤੇ ਪ੍ਰਾਪਰਟੀ ਟੈਕਸਾਂ ਤੋਂ ਫੰਡ ਕੀਤੇ ਜਾਂਦੇ ਨੇ ਡਾਲਰ 5.7 ਮਿਲੀਅਨ ਦੇ VPD ਬਜਟ ਵਿੱਚ ਵਾਧਾ ਲਗਭਗ 0.6 ਫੀਸਦੀ ਦੇ ਪ੍ਰਾਪਰਟੀ ਟੈਕਸ ਵਾਧੇ ਜਾਂ ਹੋਰ ਬਜਟ ਖਰਚਿਆਂ ਦੇ ਅਨੁਸਾਰੇ ਕਟੌਤੀ ਦੇ ਬਰਾਬਰੀ ਹੋਵੇਗਾ ਸਿਟੀ ਆਫ ਵੈਨਕੂਵਰ ਨੇ ਪਹਿਲਾਂ 2022 ਲਈ ਪ੍ਰਾਪਰਟੀ ਟੈਕਸ ਦੀ ਦਰ ਨੂੰ 6.35 ਫੀਸਦੀ ਤੇ ਬੈਠਣ ਲਈ ਮਨਜ਼ੂਰੀ ਦਿੱਤੀ ਸੀ ਜੋ ਕਿ ਜਲਵਾਯੂ ਪਹਿਲ ਕਦਮੀਆਂ ਤੇ ਪੁਲਿਸ ਤੇ ਜਨਤਕ ਸੁਰੱਖਿਆ ਦੇ ਖਰਚਿਆਂ ਸਮੇਤ ਕਈ ਕਾਰਨਾ ਦੇ ਨਤੀਜੇ ਵਜੋਂ ਪ੍ਰਸਤਾਵਿਤ ਹੋ ਵਧ ਵਾਦਾ ਹੈ ਪ੍ਰਾਪਰਟੀ ਟੈਕਸ ਨੂੰ ਦੁਬਾਰਾ ਵਧਾਉਣ ਦਾ ਪ੍ਰਸਤਾਵ 31 ਅਪ੍ਰੈਲ ਤੋਂ ਪਹਿਲਾਂ ਬਹੁਮਤ ਦੁਆਰਾ ਪਾਸ ਕਰਨਾ ਹੋਵੇਗਾ ਜੋ ਕਿ ਵੈਂਕੂਵਰ ਚਾਰਟਰ ਦੇ ਤਹਿਤ ਅਨੁਮਾਨ ਜਮਾ ਕਰਨ ਦੀ ਆਖਰੀ ਮਿਤੀ ਹੈ ਹਾਲਾਂਕਿ ਰਿਪੋਰਟ ਦੱਸਦੀ ਹੈ ਕਿ ਰਿਜ਼ਰਵ ਦੇ ਵਿੱਚ ਮੌਜੂਦਾ ਰਕਮ ਲਗਭਗ ਡਾਲਰ 33 ਮਿਲੀਅਨ ਹੈ ਜੋ ਕਿ 100 ਮਿਲੀਅਨ ਤੇ ਡਾਲਰ 200 ਮਿਲੀਅਨ ਦੇ ਵਿਚਕਾਰ ਦੇ ਟੀਚੇ ਦੇ ਪੱਧਰ ਤੋਂ ਘੱਟ ਹੈ ਰਿਜ਼ਰਵ ਫੰਡ ਅਨੁਚਿਤ ਐਮਰਜੈਂਸੀ ਲਈ ਸਥਾਪਿਤ ਕੀਤਾ ਗਿਆ ਹੈ ਤੇ ਰਿਪੋਰਟ ਦੱਸਦੀ ਹੈ ਕਿ 2023 ਦੇ ਬਜਟ ਲਈ ਸਥਾਈ ਫੰਡਿੰਗ ਦੀ ਲੋੜ ਪਵੇਗੀ ਸਿਟੀ ਕੌਂਸਲਰ ਜੇਨ ਸਵੈਂਸਨ ਦਾ ਕਹਿਣਾ ਕਿ ਉਹ ਵਾਅਦੇ ਨੂੰ ਦੁਬਾਰਾ ਰੱਦ ਕਰਨ ਲਈ ਇੱਕ ਮਤਾ ਪੇਸ਼ ਕਰਨ ਸੈਂਸਲ ਏ ਚਾਹੁੰਦੇ ਨੇ ਕਿ ਮੇਅਰ ਕੈਨੇਡੀ ਸਟੀਵਰਟ BC ਨੂੰ ਇੱਕ ਪੱਤਰ ਲਿਖਣ ਜਨਤਕ ਸੁਰੱਖਿਆ ਮੰਤਰੀ ਮਾਈਕ ਫੌਨਵਰਥ ਇਸ ਬਾਰੇ ਸਪਸ਼ਟਿਕਰਨ ਮੰਗਨ ਲਈ ਕਿ ਮਿਊਂਸਿਪਲਟੀਆਂ ਨੂੰ ਪੁਲਿਸ ਬਜਟ ਦੀ ਨਿਗਰਾਨੀ ਕਰਨ ਵਿੱਚ ਕੋਈ ਭੂਮਿਕਾ ਹੈ ਜਾਂ ਉਪੋਗਤਾਨ ਕਰਦੇ ਨੇ ਨਿਊਜ਼ ਟੈਸਟੋ ਚੈਨਲ ਪੰਜਾਬੀ ਦੀ ਰਿਪੋਰਟ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ